हलका फतेहगढ़ चूड़ियां दे सब डिवीजन अलीवाल दफ्तर विच लाइनमैन अमरजीत सिंह दे रिटायर होने ते समूह स्टाफ अते समूह जत्थेबंदियां वल्लों विदायगी समारोह पार्टी रखी गई। अमरजीत सिंह ने बिजली विभाग विच 33 साल दे करीब सेवा कीती। विदायगी पार्टी विच स्टेज ते बोलदे होए वक-वक बुलारियां ने ड्यूटी दौरान अमरजीत सिंह दे कीते कम्मां-कारां दी शलांघा कीती। स्टेज दी सेवा कर्मचारी दल दे प्रधान गुरदयाल सिंह कणिया के बांगर ने निभाई। सब डिवीजन अलीवाल दे समूह स्टाफ वल्लों अमरजीत सिंह नूं सन्मानित भी किया गया। ਕਿਉਂ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਸੰਘਰਸ਼ ਕਰਨੇ ਪੈਣੇ ਆ। ਜਿੱਦਾਂ ਇਹਨਾਂ ਨੇ ਕਿਹਾ ਸੀ ਕਿ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਬਹਾਲ ਕਰ ਦੇਣੀ ਆ, ਅਜੇ ਤੱਕ ਕੋਈ ਵੀ ਉਹਦਾ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਨਹੀਂ ਕੀਤਾ। ਇੱਕ ਟੈਕਨੀਕਲ ਕੰਮ ਆ ਬਿਜਲੀ ਬੋਰਡ ਦੇ ਵਿੱਚ, ਹੋਰ ਵੀ ਮਹਿਕਮੇ 'ਚ ਰਿਟਾਇਰਮੈਂਟਾਂ ਬਣੀਆਂ ਹੁੰਦੀਆਂ, ਪਰੰਤੂ ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰ ਹੋਣਾ, ਟਾਰਗੇਟ ਕੰਪਲੀਟ ਕਰਨਾ, ਵਾਈਟ ਕਾਲਰ ਪੂਰੇ ਆਪਣੇ ਹੱਥ ਪੈਰ ਲੈ ਕੇ, मैं समझना बड़ी वाहेगुरु की परमात्मा की अपार कृपा हो गए ते ये जिहड़ा टारगेट कंप्लीट हुंदा, उह साडे नाल ही काम करके साडे साथियों दियां जिहड़ियां शिकायतां करदे आ। एक गल रखियो वी तुसीं, जे तुहानूं उहो जिहा साथी किते मिले उहनां नूं इह गल समझायो वी रिटायरमेंट तों बाद ਜਿਹੜੇ ਦਫ਼ਤਰ 'ਚ ਰੋਟੀ ਖਾਧੀ ਆ ਉਸ ਦਫ਼ਤਰ ਦਾ ਆਪਾਂ ਮਾੜਾ ਨਹੀਂ ਸੋਚਣਾ। ਜੋ ਕਿ ਬਤੌਰ ਲਾਈਨਮੈਨ ਰਿਟਾਇਰ ਹੋ ਕੇ ਘਰ ਜਾ ਰਹੇ ਨੇ, ਬਹੁਤ ਹੀ ਖੁਸ਼ੀ ਦੀ ਗੱਲ, ਕਿਉਂਕਿ ਜਿਵੇਂ ਕਿ ਸਾਥੀਆਂ ਨੇ ਦੱਸਿਆ ਕਿ ਸਾਡਾ ਮਹਿਕਮਾ ਬੜਾ ਰਿਸਕ ਭਰਿਆ, ਸਾਡੀਆਂ ਡਿਊਟੀਆਂ ਬੜੀਆਂ ਰਿਸਕ ਭਰੀਆਂ, ਰਹਿੰਦੀ ਖੁੰਦੀ ਕਸਰ ਸਾਡੇ ਠੇਕੇਦਾਰਾਂ ਨੇ ਕੱਢਤੀ ਆ। ਇਹ ਲਾਈਨਾਂ ਦਾ ਪਤਾ ਹੀ ਨਹੀਂ ਕੋਈ ਵੀ ਕਿੱਧਰੋਂ ਆਉਣ ਡਈ ਤੇ ਕਿੱਧਰ ਨੂੰ ਜਾਣ ਡਈ ਆ। ਚਾਰ ਚਾਰ ਬਿਜਲੀ ਘਰਾਂ ਦੀ ਸਪਲਾਈ ਹੇਠਾਂ ਤੋਂ ਲੰਘਣ ਡਈ ਆ। ਤੇ ਮੈਂ ਉਹਨਾਂ ਵੀ ਜਿਹੜੇ ਬੰਦੇ ਦੇ ਉੱਤੇ ਆਹ ਦਿਨ ਹੁੰਦਾ ਨਾ, ਉਹਦੇ ਤੇ ਬੜੀ ਅਪਾਰ ਕਿਰਪਾ ਹੁੰਦੀ ਮਹਾਰਾਜ। ਮੈਂ ਸਬ ਡਿਵੀਜ਼ਨ ਤੋਂ ਲਾਈਨਮੈਨ ਬਤੌਰ ਰਿਟਾਇਰ ਹੋ ਰਿਹਾ ਵਾਂ ਤੇ ਮੈਂ ਆਪਣੇ ਸਿੰਧ ਵਿੱਚ ਮੇਰੇ ਕਰਮਚਾਰੀਆਂ ਨੂੰ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਦਿਆਲ ਸਿੰਘ, ਪ੍ਰਧਾਨ ਕਰਮਚਾਰੀ ਦਲ ਸਬ ਡਿਵੀਜ਼ਨ ਅਲੀਵਾਲ ਵਿਖੇ, ਅੱਜ ਜੋ ਰਿਟਾਇਰਮੈਂਟ ਹੋਈ ਆ ਸਰਦਾਰ ਅਮਰਜੀਤ ਸਿੰਘ ਜੀ ਲਾਈਨਮੈਨ, ਜਿਨ੍ਹਾਂ ਦੀ ਰਿਟਾਇਰਮੈਂਟ ਦੇ ਮੌਕੇ 'ਤੇ ਸਮੁੱਚੀਆਂ ਯੂਨੀਅਨਾਂ ਵੱਲੋਂ ਅੱਜ ਸਾਂਝੇ ਦਫ਼ਤਰ ਵੱਲੋਂ ਇਹਨਾਂ ਨੂੰ ਰਿਟਾਇਰਮੈਂਟ ਕੀਤਾ ਜਾ ਰਿਹਾ ਨੇ ਕੀਤਾ ਜਾ ਰਿਹਾ ਵਾ। ਸੋ ਜੋ ਅਮਰਜੀਤ ਸਿੰਘ ਨੇ ਸਾਡੇ ਕਰਮਚਾਰੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਨੇ, ਅਤੇ ਮੈਂ ਆਸ ਕਰਦਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਸਾਡੇ ਨਾਲ ਜਥੇਬੰਦੀ ਵਿੱਚ ਵੀ ਕੰਮ ਕਰਦੇ ਰਹਿਣਗੇ। ਸੋ ਬਹੁਤ ਵਧੀਆ ਇਨਸਾਨ ਨੇ, ਜਿਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਕਦੇ ਵੀ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਕੀਤੀ। ਆਪਣੀ ਨੌਕਰੀ ਜਿਹੜੀ ਆ, ਜਿਹਦੀ 33 ਸਾਲ ਲਗਭਗ 33.5 ਸਾਲ ਇਹਨਾਂ ਨੌਕਰੀ ਕੀਤੀ ਆ, ਅਤੇ ਨੌਕਰੀ ਇਮਾਨਦਾਰੀ ਨਾਲ ਕੀਤੀ ਆ। ਮੈਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਤਿਗੁਰੂ ਪਾਤਸ਼ਾਹ ਇਹਨਾਂ 'ਤੇ ਕਿਰਪਾ ਕਰੋ, ਇਹਨਾਂ ਨੂੰ ਤੰਦਰੁਸਤੀਆਂ ਦੀ ਰਾਤ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।